ਸੁਪਰ ਸੰਡੇ ਆਜੀ ਔਰ ਮੈਨੂੰ ਲੱਗਦਾ ਬੀਜੇਪੀ ਨੇ ਪੂਰੀ ਤਾਕਤ ਲਾਈ ਹੋਈ ਹੈ ਅੱਜ ਕਿੰਨਾ ਸੀਰੀਅਸਲੀ ਪੰਜਾਬ ਇਲੈਕਸ਼ਨ ਨੂੰ ਲੈ ਰਿਹਾ ਕਿਉਂਕਿ ਅਸੀਂ ਦੇਖ ਰਹੇ ਸੀ ਕਿ ਬਹੁਤ ਘਟ ਸਭਾ ਮਿਲਿਆ ਤੁਹਾਨੂੰ ਕੈਂਪੇਨ ਲਈ ਬਹੁਤ ਸਾਰਾ ਸਮਾਂ ਸੀ ਜਿਹੜੋਂ ਪਿੰਡਾਂ ਕੀ ਸ਼ਹਿਰਾਂ ਵਿੱਚ ਵੀ ਬੀਜੇਪੀ ਵਾਲਿਆਂ ਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ ਰਿਸਪੌਂਸ ਕਿਸ ਤਰ੍ਹਾਂ ਦਾ ਹੈ ਪਬਲਿਕ ਦਾ ਔਰ ਕੀ ਤੁਹਾਡੀ ਵਿਜ਼ਨ ਹੈ ਪੰਜਾਬ ਨੂੰ ਲੈ ਕੇ ਕਿਉਂਕਿ ਅਸੀਂ ਡਬਲ ਇੰਜਨ ਦੀ ਗੱਲ ਕਰ ਰਹੇ ਹਾਂ ਇਹ ਡਬਲ ਇੰਜਨ ਵੀ ਸਮਝਾਓ ਕਿ ਡਬਲ ਇੰਜਨ ਕਿੰਨਾ ਜ਼ਰੂਰੀ ਹੈ ਪੰਜਾਬ ਲਈ ਔਰ ਕੀ ਕਰਨ ਵਾਲੇ ਹੋ ਪੰਜਾਬ ਪਹਿਲੀ ਗੱਲ ਤੇ ਹੈ ਕਿ ਅਸੀਂ ਇਸ ਚੋਣ ਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਬਹੁਤ ਸੀਰੀਅਸਲੀ ਦਾ ਮਤਲਬ ਫੁੱਲ ਇੰਗੇਜਮੈਂਟ ਪੂਰੀ ਕਮਿਟਮੈਂਟ ਤੇ ਡੂ অর ਡਾਈ ਸਪਿਰਿਟਿਚ ਤੁਸੀਂ ਉਹਨੇ ਕਹਿ ਰਹੇ ਸੀਗੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਸਾਡੇ ਜਿਹੜੇ ਕਾਰਜਕਰਤਾ ਹੈਗੇ ਲੀਡਰ ਉਹਨਾਂ ਨੂੰ ਘਰੋਂ ਨਿਕਲਨੇ ਬਹੁਤ ਮੁਸ਼ਕਲ ਹੋ ਰਹੀ ਸੀ ਉਹ ਨਹੀਂ ਕਿ ਕਰਨ ਨਿਕਲਣਾ ਨਹੀਂ ਚਾਹੁੰਦੇ ਸੀ ਸਾਡੇ ਕਾਰਜਕਰਤਾ ਸਾਡੇ ਲੀਡਰਸ ਦੇ ਘਰਾਂ ਤੇ ਉਹਨਾਂ ਦੇ ਦੇ ਵਰ ਅੰਡਰ ਘੇਰਾਓ ਫਿਜ਼ੀਕਲ ਘੇਰਾਓ ਉਹਨਾਂ ਦੀਆਂ ਗੱਡੀਆਂ ਤੇ ਅਟੈਕ ਹੋਇਆ ਉਹਨਾਂ ਦੇ ਘਰਾਂ ਤੇ ਹਮਲਾ ਹੋਇਆ ਤਾਂ ਮੈਨੂੰ ਯਾਦ ਹੈ ਅਸੀਂ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਕੀਤੀ ਸੀ ਕੁਝ ਮਹੀਨੇ ਪਹਿਲੇ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ ਤੇ ਮੈਨੂੰ ਲੱਗਦਾ ਥੈਟ ਵਾਸ ਦੀ ਵਾਟਰਸ਼ੈਡ ਮੂਮੈਂਟ ਟਰਨਿੰਗ ਪੁਆਇੰਟ ਉਹਨ ਹਾਲਤ ਇਹ ਹੈ ਕਿ ਜਿਨਾ ਹਲਕਿਆਂ ਚ ਅਸੀਂ ਨਹੀਂ ਵੀ ਸੀਗੇ ਜੋ ਹਮਾਰੇ ਗ੍ਰਾਮਿੰਗ ਖੇਤਰ ਹੈ ਵਹਾਂ ਪੇ ਵੀ ਜ਼ਬਰਦਸਤ ਕੈਂਪੇਨਿੰਗ ਹੋ ਰਹੀ ਹੈ ਦੇਖੋ ਇਲੈਕਸ਼ਨ ਦੇ ਦੌਰਾਨ ਹਰ ਇੱਕ ਪਾਰਟੀ ਆਪਣੀ ਇੱਕ ਲਿਸਟ ਬਣਾਉਂਦੀ ਹੈ ਉਹਨਾਂ ਨੂੰ ਸਟਾਰ ਕੈਂਪੇਨਰ ਵੀ ਕਿਹਾ ਜਾਂਦਾ ਹੈ ਤੋ 30 ਲੀਡਰਸ ਹੁੰਦੇ ਨੇ ਉਹਨਾਂ ਚ ਲਿਸਟਾਂ ਚ ਹਰ ਇੱਕ ਪਾਰਟੀ ਕਰਦੀ ਹੈ ਅਸੀਂ ਵੀ ਲਿਸਟ ਬਣਾਈ ਹੈ ਸਾਡੀ ਲਿਸਟ ਵਿੱਚ ਉਹ ਹੈਗੇ ਮਾਨਯੇ ਪ੍ਰਧਾਨ ਮੰਤਰੀ ਜੀ ਸੇ ਲੈ ਕੇ ਅਮਿਤ ਸ਼ਾਹ ਜੀ ਰਾਜਨਾਥ ਜੀ ਜਿਨ੍ਹਾਂ ਕਾ ਆਪਨੇ ਨਾਮ ਲਿਆ ਅਸੀਂ ਸਾਰੇ ਕਾਰੇ ਮੇਰੇ ਜਿसे ਕਾਰਜਕਰਤਾ ਵੀ ਹੈਗੇ ਅਸੀਂ ਪਿਛਲੇ ਕਈ ਦਿਨਾਂ ਦੇ ਇੱਥੇ ਅਸੀਂ ਫੁੱਲ ਟਾਈਮ ਆ ਤੁਸੀਂ ਜ਼ਿਕਰ ਕੀਤਾ ਮਾਨਯੇ ਗ੍ਰਹਿ ਮੰਤਰੀ ਜੀ ਦਾ ਉਹ ਆ ਰਹੇ ਨੇ ਅੱਜ ਪੰਜਾਬ ਵਿੱਚ ਹੀ ਨੇ ਸ਼ਾਮ ਨੂੰ ਅਮਰitsar ਸਾਹਿਬ ਵੀ ਆਣਗੇ ਕੱਲ ਪ੍ਰਧਾਨ ਮੰਤਰੀ ਜੀ ਵੀ ਇੱਕ ਵੱਡੀ ਰੈਲੀ ਕਰਨਗੇ ਜਲੰਧਰ ਵਿੱਚ ਤੇ ਉਹਦੇ ਬਾਅਦ ਸ਼ਾਇਦ 16 ਤਰੀਕ ਨੂੰ ਪਠਾਨਕੋਟ ਤੇ ਫਿਰ ਉਹਦੇ ਬਾਅਦ ਅਬੋਲ ਇਹ ਇਲੈਕਸ਼ਨ ਸੀਰੀਅਸ ਜਿਹੜੇ ਮੁੱਦੇ ਹੈਗੇ ਜੋ ਪੰਜਾਬ ਦੀ ਅੱਜ ਸਥਿਤੀ ਹੈਗੀ ਤੇ ਉਹਦੇ ਬਾਰੇ ਕੀ ਕਰਨਾ ਚਾਹੀਦਾ ਸਾਡੇ 11 ਜਿਹੜੇ ਸੰਕਲਪ ਹੈਗੇ ਸਨੀਅਰ ਕਮਿਟਮੈਂਟਸ ਤੁਹਾਨੂੰ ਯਾਦ ਹੋਵੇਗਾ 4 ਤਰੀਕ ਨੂੰ ਉਹਦੇ ਬਾਅਦ 8 ਤਰੀਕ ਨੂੰ ਤੇ ਕੱਲ पूरा ज़रा संकल्प पत्र है वह असीे सामने रखा तो मैं आपका बहुत दिल तो धन्यवाद करना चाहना कि थोड़े जे चैनल सानू मौका देंगे अपने प्रोग्राम नो थोड़े सामने रखिए असी तो तुसी तो आपके माध्यम से वो लोगों तक पहुँचे देखो इस वक्त पंजाब की स्थिति यह है कि पोलिटिकली जीड़ी गवर्नेंस इतने हुई है एक ब्रेकडाउन सिचुएशन है ब्रेकडाउन सिचुएशन का मतलब की है इतों इंडस्ट्री पिछले दो साल हजार इंडस्ट्री पंजाब नो छड़ गई है इतों का व्यापारी रो रहा इतों के क किसान खुश नहीं है इतों का यूथ जड़ा है स्टेट न छ के बाहर जा रहा महिलाओं महिलाएं जो है वो सुरक्षित नहीं अपने आप को महसूस करती तो ओवरऑल क्राइसिस है पर उस क्राइसिस के पीछे एक और समस्या है ਇਸ ਵਕਤ ਪੰਜਾਬ ਦਾ 281000 ਕਰੋੜ ਦਾ ਕਰਜ਼ਾ ਸਾਰੀਆਂ ਪਾਰਟੀਆਂ ਆਨ ਗਿਆ ਤੁਸੀਂ ਆਪਣੀ ਹਸਪਿਟੈਲਿਟੀ ਦਿਓਗੇ ਉਹਨਾਂ ਨੂੰ ਬਾਕੀ ਪਾਰਟੀਆਂ ਨੂੰ ਤੁਸੀਂ ਉਹਨਾਂ ਨੂੰ ਪੁੱਛੋਗੇ ਕਿ ਤੁਸ ਤਾਰਾ ਕੀ ਪ੍ਰੋਗਰਾਮ ਹੈ ਕੀ ਤੁਹਾਡੀਆਂ ਕਮਿਟਮੈਂਟਸ